एवरीवन वेलकम यू ऑल इन योर ओन चैनल लर्न एवरीथिंग सो ਅਸੀਂ ਕਰ ਰਹੇ ਸੀ ਚੈਪਟਰ ਇਕੁਲੀਬ੍ਰੀਅਮ ਜਿਹਦੇ ਵਿੱਚ ਨੈਕਸਟ ਜੋ ਹੈ ਸਾਡੇ ਸਿਲੇਬਸ ਦੇ ਵਿੱਚ ਇਹ ਵੀ ਲਿਖਿਆ ਹੋਇਆ ਪੀ ਐਚ ਸਕੇਲ ਦੇ ਬਾਰੇ ਵੈਸੇ ਤਾਂ ਅਸੀਂ ਇਹਦੇ ਨਾਲ ਕਾਫੀ ਫੈਮਿਲੀਅਰ ਹੀ ਹੈਗੇ ਆ ਸਾਰੇ ਬਟ ਕੁਝ ਇੱਕ ਦੋ ਟਰਮਸ ਹੈ ਜੋ ਤੁਹਾਨੂੰ ਨਿਊ ਸਿੱਖਣ ਨੂੰ ਮਿਲ ਸਕਦੇ ਆ ਇੱਥੇ ਸੋ ਆਪਾਂ ਇਹਨੂੰ ਦੇਖ ਲੈਣੇ ਜੋ ਬੁੱਕ ਚੈਪਟਰ ਦੇ ਵਿੱਚ ਕੰਪਲੀਟ ਦਿੱਤਾ ਹੋਇਆ ਉਹਦੇ ਬਾਰੇ ਸੋ ਐਕਸਪ੍ਰੈਸ਼ਨ ਹਾਈਡਰੋ ਹਾਈਡਰੋਜਨ ਆਇਨ ਕਨਸੈਂਟਰੇਸ਼ਨ ਪੀ ਐਚ ਸਕੇਲ we have learned that pure water contain equal concentration of hydronium uh, and hydrolysis ion hai na apa ionization constant de vich vi enu dekhiya siga so ede vich da h3o positive te oh negative dono da apa value find out kitti si 1 into 10 to the minus 7 mole per liter hai 298 kelvin ye apa find out kar le si hai na je concentration jehdi h3o positive a aundi hai oh etto vad jandi hai ਦਨ ਅਸੀਂ ਕਿਹਨੇ ਸੋਲੂਸ਼ਨ ਕੀ ਐਸਿਡਿਕ ਬਟ ਜੇ ਤੋਂ ਘੱਟ ਹੁੰਦੀ ਆ ਫਿਰ ਆਪਾਂ ਕਿਹਨੇ ਸੋਲੂਸ਼ਨ ਕੀ ਆ ਬੇਸਿਕ ਦੋਈ ਆਪਾਂ ਗੱਲਾਂ ਪੜੀਆਂ ਯਾਨੀ ਕਿ ਅਸੀਂ ਕਿਸੇ ਦਾ ਜਿਹੜੀ ਕਨਸੈਂਟ੍ਰੇਸ਼ਨ ਹਾਈਡਰੋਨੀਅਮ ਆਇਨ ਦੀ ਸਾਨੂੰ ਆਈਡੀਆ ਦਿੰਦੀ ਕਿ ਇਹ ਦੇ ਅਬਾਊਟ ਐਸਿਡਿਕ ਜਾਂ ਬੇਸਿਕ ਨੇਚਰ ਦੱਸਦੀ ਐਕੁਆ ਸੋਲੂਸ਼ਨ ਦਾ ਕਿਉਂ ਕਿਉਂਕਿ ਹਾਈਡਰੋਨੀਅਮ ਆਇਨ ਦੀ ਕਨਸੈਂਟ੍ਰੇਸ਼ਨ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਕੋਈ ਸੋਲੂਸ਼ਨ ਐਸਿਡਿਕ ਹੈਗਾ ਜਾਂ ਬੇਸਿਕ ਹੈਗਾ ਜਿਹਦਾ ਚ ਵੈਲਿਊ 10^-7 ਤੋਂ ਜ਼ਿਆਦਾ ਹੈਗੀ ਤੇ ਐਸਿਡਿਕ ਘੱਟ ਆ ਤੇ ਬੇਸਿਕ ਹੈਗਾ ਸੋ ਇਸ ਤੋਂ ਬਾਅਦ ਇੱਕ ਪੀ ਐਚ ਸਕੇਲ ਬਣੀ ਸੀ ਪੀ ਐ ਇਨ ਮੋਲ ਪਰ ਲੀਟਰ ਇਹ ਦੀ ਡੈਫੀਨੇਸ਼ਨ ਸੀ ਮੈਥੈਮੈਟੀਕਲੀ ਇਹਨੂੰ ਇਦਾਂ ਲਿਖਿਆ ਸੀ ਪੀ ਐਚ ਇਕੁਅਲ ਟੂ ਮਾਈਨਸ ਆਫ ਲੌਗ ਐਚ 3ਓ ਪੋਜ਼ਿਟਿਵ ਆਇਨ ਜਾਂ ਲੌਗ ਮਾਈਨਸ ਆ ਡਿਵਾਈਡ ਚ ਚਲਾ ਜਾਏਗਾ ਐਚ 3ਓ ਪੋਜ਼ਿਟਿਵ ਆਇਨ ਜੇ ਤਾਂ ਕੋਈ ਨਿਊਟਰਲ ਸੋਲੂਸ਼ਨ ਹੈਗਾ ਨਿਊਟਰਲ ਸੋਲੂਸ਼ਨ ਐਟ 298 ਕੇਲਵਿਨ ਥਿਸ ਇਸ ਇਕੁਅਲ ਟੂ ਮੋਲਸ ਆਫ ਮਾਈਨਸ 7 ਠੀਕ ਹੈ ਜੇ ਪੀ ਐਚ ਹੈ ਮਾਈਨਸ ਆਫ ਲੌਗ ਲੈਨੇ ਐਚ 3ਓ ਪੋਜ਼ਿਟਿਵ ਆਇਨ ਦਾ ਸੋ ਐਚ 3ਓ ਪੋਜ਼ਿਟਿਵ ਦੀ ਵੈਲਿਊ ਇਥੇ ਪੁੱਟ ਕਰਦੀ ਹੈ ਠੀਕ ਹੈ ਇਹ ਤੁਹਾਨੂੰ ਪਤਾ ਲੌਗਸ ਪਾਵਰ ਮੂਰੇ ਆ ਜਾਂਦੀ ਹੈ ਲੌਗ 10 ਉਹ ਕਿੰਨਾ ਬਣ ਜਾਏਗਾ 1 ਸੋ ਆਨਸਰ ਕਿੰਨਾ ਆ ਜਾਏਗਾ 7 ਸੋ ਇਥੇ ਪੀ ਐਚ ਸਾਡੇ ਕੋਲ ਕਿੰਨੀ ਆ ਗਈ 7 ਫਾਰ ਦਾ ਨਿਊਟਰਲ ਨਿਊਟਰਲ ਸੋਲੂਸ਼ਨ ਸਿਮਿਲਰਲੀ ਅਸੀਂ ਬਾਕੀਆਂ ਲਈ ਫਾਈਂਡ ਆਊਟ ਕਰ ਸਕਦੇ ਹਾਂ ਲਾਈਕ ਦੇਖੋ ਇਨ ਸਿਮਿਲਰ ਵੇਜ ਤੁਸੀਂ ਅਲੱਗ-ਅਲੱਗ ਵੈਲਿਊ ਫਾਈਂਡ ਆਊਟ ਕਰੋਗੇ ਐਸਿਡਿਕ ਸੋਲੂਸ਼ਨ ਲਈ ਲੈਸ ਦਨ 7 ਆਏਗੀ ਬੇਸਿਕਲੀ ਗ੍ਰੇਟਰ ਦੈਨ ਸਾਨੂੰ ਇਹ ਵਾਲਾ ਪਤਾ ਹੀ ਆ ਕਨਸੈਪਟ ਸਾਰਿਆਂ ਨੂੰ ਪਤਾ ਇਹ ਨੋਟ ਕੀਤਾ ਗਿਆ ਪੀ ਟੂ ਡਿਫਾਈਨ ਐਜ਼ ਅ ਨੈਗੇਟਿਵ ਲੌਗ ਰਿਥਮ ਐਂਡ ਟੂ ਬੇਸ 10 ਆਫ ਦੀ ਐਕਟੀਵਿਟੀ ਆਫ ਹਾਈਡਰੋਨੀਅਮ ਆਇਨ ਯਾਨੀ ਹਾਈਡਰੋਨੀਅਮ ਆਇਨ ਦੀ ਐਕਟੀਵਿਟੀ ਦਾ ਹੀ ਨੈਗੇਟਿਵ ਲੌਗ ਰਿਥਮ ਹੈਗਾ ਐਟ ਲੋ ਕਨਸੈਂਟਰੇਸ਼ਨ ਐਕਟੀਵਿਟੀ ਜਿਹੜੀ ਆ ਹਾਈਡਰੋਨੀਅਮ ਆਇਨ ਦੀ ਨਿਊਮੈਰੀਕਲੀ ਕਿਹਦੇ ਇਕੁਅਲ ਟੂ ਹੋ ਜਾਂਦੀ ਆ ਮੋਲੈਰਿਟੀ ਰਿਪਰੈਜ਼ੈਂਟ ਐਜ਼ ਐਚ ਪੋਜ਼ਿਟਿਵ ਇਹ ਵਿੱਚ ਦੇਖੋ ਇਹ ਸਾਰਾ ਵੀ ਦੱਸਿਆ ਹਾਈਡਰੋਨੀਅਮ ਆ ਇਹਨੂੰ ਅਲਫਾ ਐਚ ਪੋਜ਼ਿਟਿਵ ਦੀ ਫਾਰਮ ਚ ਲਿਖਿਆ ਦੇਖੋ ਉਹੀ ਵਾਲਾ ਐਪੀਐਚ ਇੱਧਰ ਹੈਗਾ ਐਸਿਡਿਕ ਕੈਰੈਕਟਰ ਇੱਧਰ ਬੇਸਿਕ ਇੱਥੇ ਕੀ ਹੈਗੇ ਨਿਊਟਰਲ ਹੈਗੇ ਨੇ ਨੈਕਸਟ ਦੇਖ ਲਓ ਹੁਣ ਇਹ ਥੋੜਾ ਦਾ ਡਿਲੇ ਨਿਊ ਹੋ ਸਕਦਾ ਕਿ ਜਿਹੜਾ ਪੀਓਐਚ ਹੈਗਾ ਪੀ ਲਾਈਕ ਪੀਐਚ ਪੀਓਐਚ ਵੀ ਹੁੰਦਾ ਹੈ ਨਾ ਜਿੱਦਾਂ ਪੀ ਐਚ ਐਚ ਦੇ ਵਿੱਚ ਆਪਾਂ ਹਾਈਡਰੋਨੀਅਮ ਆ ਦੇਖੋ ਪੀਐਚ P पौटेंग, पौटेंग so, ion, P power, ion, पी ਦਾ ਮਤਲਬ ਹੁੰਦਾ ਪੋਟੈਂਸ ਪੋਟੈਂਸ ਮਤਲਬ ਹੁੰਦਾ ਪਾਵਰ ਐਚ ਮਤਲਬ ਹਾਈਡਰੋਨੀਅਮ ਆਇਨ ਸੋ ਪਾਵਰ ਆਫ ਹਾਈਡਰੋਨੀਅਮ ਆਇਨ ਨੂੰ ਹੀ ਪੀ ਐਚ ਕਹਿੰਦੇ ਆ ਪੀ ਫੋਰ ਪਾਵਰ ਐਚ ਫੋਰ ਹਾਈਡਰੋਨੀਅਮ ਪਾਵਰ ਆਫ ਹਾਈਡਰੋਨੀਅਮ ਆਇਨ ਨੂੰ ਆਪਾਂ ਕਹਿੰਦੇ ਪੀ ਐਚ ਜੇ ਪੀਓ ਐਚ ਯਾਨੀ ਓ ਐਚ ਦੀ ਕਿੰਨੀ ਪਾਵਰ ਹੈਗੀ ਆ ਉਹ ਬੇਸਿਕ ਕੈਰੈਕਟਰਸ ਹਨ ਦੱਸੇਗੀ ਅਸੀਂ ਇਹ ਵਾਲਾ ਆਇੋਨਾਈਜੇਸ਼ਨ ਕਨਸਟੈਂਟ ਆਫ ਵਾਟਰ ਕੀਤਾ ਸੀਗਾ ਕੇ ਡਬਲਯੂ ਕੇ ਦੇ ਇਕੁਅਲ ਟੂ ਆ ਗਿਆ ਸੀ ਐਚ 3ਓ ਪੋਜ਼ਿਟਿਵ ਤੇ ਓ ਐਚ ਨੈਗੇਟਿਵ ਇਹ ਆਪਾਂ ਕਰਕੇ ਆਏ ਸੀਗਾ ਨਾ ਜਦੋਂ ਪੂਰੀ ਡੈਰੀਵੇਸ਼ਨ ਕੀਤੀ ਸੀ ਆ इधर भी लॉग लै लिया लॉग एच थ्री ओ पॉजिटिव ना OH है ओ एच नैगेटिव इधर हैगा लॉग के डबल्यू तो सूँ पता होना लॉग एम इन टू एन की प्रॉपर्ट होंगी लॉग एम प्लस लॉग एन सो इतने प्रॉपर्टी लगी है एम इन टू एन लॉग एम प्लस की हो गया साढ़े ये देखो यदि असं यही प्रॉपर्टी लगाई है लॉग एम इन टू एन इक्वल टू लॉग एम प्लस लॉग एन ਹੁਣ ਦੇਖੋ ਸਾਨੂੰ ਪਤਾ ਹੈ ਜਿਹੜੀ log ਦੇਖੋ ਆਪਾਂ ਹੁਣੇ ਕਿਹਾ pH ਕੀ ਸੀਗਾ log हाइड्रोनियम माइनस की कॉन्सेंट्रेसन यही सगा पी एच इक्वल टू माइनस ऑफ लॉग एच थ्री ओ पॉजिटिव यानी जे मैं माइनस इधर चक के लै जावा तो लॉग एच थ्री ओ पॉजिटिव की वैल्यू की आ गई माइनस पी एच आ गई कि नहीं एच नैगेटिव आ जाएगी माइनस पी ओ एच क्योंकि देखो पी एच का हमने फॉर्मूला किया माइनस इधर चक के लै जामा लॉग ओ एच नैगेटिव वैल्यू की आ जाएगी माइनस ऑफ पी ओ एच सो इस जगह आपको एपुट कर दिता ए डबल्यू की आ जाएगी माइनस पी के डबल्यू सो माइनस कॉमन निकल गई सार्या माइनस कैंसिल हो जाएगी so ph plus poh equal to kya pkw to 25 degree celsius de vich 25 degree celsius that means 27 देखो 273 ਹੁੰਦਾ ਉਹਦੇ ਵਿੱਚ ਤੁਸੀਂ 25 ਐਡ ਕਰੋ ਕਿੰਨਾ ਬਣ ਜਾਏਗਾ 298 ਬਣ ਜਾਏਗਾ ਯਾਨੀ 298 ਕੈਲਵਿਨ ਤੇ ਆਪਾਂ ਸਾਨੂੰ ਪਤਾ ਹੈ ਦਿਸ pkw इक्वल टू ਕੀ ਹੁੰਦਾ 14 ਠੀਕ ਹੈ ਟੋਟਲ 14 ਦੇ ਬਰਾਬਰ ਹੈ ਯਾਨੀ ph poh ਦੋਨੇ ਕੀ ਦੇ ਇਕੁਅਲ ਟੂ ਆਗੇ 14 ਦੇ ਸੋ ਇਹ ਸਕੀਲ ਦੀ ਰੀਡਿੰਗ ਤਾਂ ਹੀ 14 ਤੱਕ ਜਾਂਦੀ ਹੈ ਤੇ ਨੋਟ ਕੀਤਾ ਗਿਆ ਪਹਿਲੇ 2 ਤੱਕ ਤਾਂ ਬਹੁਤ ਸਟਰੋਂਗ ਐਸਿਡ ਹੋਣਗੇ ਦੇਖੋ ਇੱਥੇ ਹੁੰਦਾ 7 ਜਿੱਦਾਂ ਇਹਦਾ ਆਪਾਂ ਇਧਰੋਂ ਜਾਵਾਂਗੇ 7 ਤੋਂ ਬਾਅਦ 14 ਵੱਲ ਨੂੰ ਜਾਵਾਂਗੇ ਬੇਸਿਕ ਹੋਣਗੇ ਜਿੱਦਾਂ ਇਧਰੋਂ ਆਵਾਂਗੇ ਉਧਰ ਐਸਿਡਿਕ ਹੋਣਗੇ ਸੋ ਇਧਰ 2 ਤੱਕ ਬਹੁਤ ਜ਼ਿਆਦਾ ਐਸਿਡਿਕ ਹੋਣਗੇ ਠੀਕ ਹੈ ਤੇ ਜਿਹੜੇ 2 ਤੋਂ 4 ਤੱਕ ਮੋਡਰੇਟਲੀ ਐਸਿਡਿਕ ਹੋਣਗੇ ਜਿਹੜੇ ਬਲੈਕ ਨਾਲ ਹਾਈਲਾਈਟ ਹੈਗੇ ਇੰਪੋਰਟੈਂਟ ਹੁੰਦੇ ਆ 4 ਤੋਂ 7 ਵੀਕ ਐਸਿਡਿਕ ਹੁੰਦੇ ਨੇ 7 ਤੋਂ 10 ਵੀਕਲੀ ਬੇਸਿਕ ਹੁੰਦੇ ਨੇ ਐਂਡ 10 ਟੂ 12 ਮੋਡਰੇਟਲੀ ਬੇਸਿਕ ਹੁੰਦੇ ਨੇ ਤੇ ਜਿਹੜੇ 12 ਤੋਂ 14 ਹੋਣਗੇ ਨਾ ਬਹੁਤ ਜ਼ਿਆਦਾ ਬੇਸਿਕ ਹੋਣਗੇ ਲਾਈਕ ਐਨਯੂ ਐਚ ਬਹੁਤ ਜ਼ਿਆਦਾ ਬੇਸਿਕ ਹੁੰਦਾ ਠੀਕ ਹੈ ਇੱਕ ਮੋਲ ਐਨਯੂ ਐਚ ਦਾ ਜੋ ਦੇਖਿਆ ਜਾਵੇ ਉਹਦੀ 14 ਪੀਐਚ ਜਿਹੜੀ ਉਹ ਲਈ ਜਾਂਦੀ ਹੈ ਠੀਕ ਹੈ ਪੀਐਚ ਪੀਐਚ ਆਫ ਸੋਲੂਸ਼ਨ ਕੈਨ ਰਫਲੀ ਮੇਜ਼ਰਡ ਵਿਦ ਦ ਸਟ੍ਰਿਪ ਆਫ ਯੂਨੀਵਰਸਲ ਇੰਡੀਕੇਟਰ ਪੀਐਚ ਪੇਪਰ ਨਾਲ ਵੀ ਆਪਾਂ ਮੇਜ਼ਰ ਕਰਦੇ ਹਾਂ ਥਿਸ ਪੇਪਰ ਗਿਵ ਡਿਫਰੈਂਟ ਕਲਰ ਦੇਗਾ ਡਿਫਰੈਂਟ ਪੀਐਚ ਵੈਲਿਊ ਤੇ ਸਾਨੂੰ ਅਲੱਗ-ਅਲੱਗ ਜਿਹੜੇ ਉਹ ਕਲਰ ਦੇਖਣ ਨੂੰ ਮਿਲਣਗੇ ਨਾਊ ਡੇਸ ਪੀਐਚ ਪੇਪਰ ਇਜ਼ ਅਵੇਲੇਬਲ ਵਿਦ ਫੋਰ ਸਟ੍ਰਿਪ ਔਨ ਇਟ ਚਾਰ ਸਟ੍ਰਿਪਸ ਹੁੰਦੀਆਂ ਦਾ ਪੀ ਐਚ ਸਟ੍ਰਿਪ ਹੈਵ ਡਿਫਰੈਂਟ ਕਲਰ ਐਟ ਦੀ ਸੇਮ ਪੀ ਐਚ ਵੈਲਿਊ ਮਤਲਬ ਹੁੰਦੀਆਂ ਅਲੱਗ-ਅਲੱਗ ਕਲਰ ਸੇਮ ਪੀ ਐਚ ਵੈਲਿਊ ਤੇ ਜਿਹੜੀ ਪੀ ਐਚ ਆਫ ਅ ਸੋਲੂਸ਼ਨ ਵਿਦ ਦੀ ਹੈਲਪ ਆਫ ਥੀਸ ਪੇਪਰ ਆਪਾਂ ਡਿਟਰਮਾਈਨ ਕਰ ਸਕਦੇ ਆ ਪੂਰੀ ਐਕੂਰੇਟਲੀ ਆਫ ਅਬਾਊਟ 0.5 ਫਾਰ ਐਗਜ਼ੈਕਟ ਪੀ ਐਚ ਜਿਹੜੀ ਡਿਟਰਮੀਨੇਸ਼ਨ ਆ ਉਹਦੇ ਲਈ ਆਪਾਂ ਇੰਡੀਕੇਟਰ ਯੂਜ਼ ਕਰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਇੰਡੀਕੇਟਰ ਵੀ ਤੁਸੀਂ ਪੜ੍ਹੇ ਇੰਡੀਕੇਟਰ ਜਿੱਦਾਂ ਐਸਿਡ ਇਚ ਕੁਝ ਹੋਰ ਕਲਰ ਸ਼ੋਅ ਕਰ ਦਿੰਦੇ ਬੇਸ ਇਚ ਕੁਝ ਸ਼ੋਅ ਕਰ ਦਿੰਦੇ ਆ ਥ ਦੇ ਆਰ ਵੀਕ ਐਸਿਡ ਪੋਜ਼ੈਸਿੰਗ ਡਿਫਰੈਂਟ ਕਲਰ ਇਨ देयर ਐਸਿਡ ਐਂਡ ਕੰਜੂਗੇਟ ਬੇਸ ਇਹ ਦੇਖੋ ਇਹ ਵਿੱਚ ਕਲਰ ਇਹ ਦਿੱਤਾ ਬਟ ਉਹਦੇ ਜਦੋਂ ਕੰਜੂਗੇਟ ਬੇਸ ਆ ਕਲਰ ਕੁਝ ਹੋਰ ਦੇ ਦਿੱਤਾ ਸੋ ਹਰ ਬੇਸ ਲਈ ਕਲਰ ਅਲੱਗ ਅਲੱਗ ਕਲਰ ਸ਼ੋ ਕਰਨਗੇ ਜਿੱਦਾਂ ਐਗਜ਼ਾਮਪਲ ਦਿੱਤੀ ਆ ਬ੍ਰੋਮੋ ਮਿਥਾਇ ਬ੍ਰੋਮੋ ਮਿਥਾਇ ਮੋਲ ਬਲੂ ਐਂਡ ਫਿਨੋਪਥਲੀਨ ਇਹ ਕੁਝ ਕਾਮਨ ਇੰਡੀਕੇਟਰ ਹੈਗੇ ਹਾਊਏਵਰ ਮੋਰ ਪ੍ਰੀਸਾਈਜ਼ ਮੈਜ਼ਰਮੈਂਟ ਆਰ ਮੇਡ ਵਿਦ ਅ ਪੀਐਚ ਮੀਟਰ ਵਿਚ ਰਿਪੋਰਟ ਦਾ ਪੀਐਚ ਡਾਇਰੈਕਟਲੀ ਸਾਨੂੰ ਦਦੀਆਂ ਪੀਐਚ ਮੀਟਰ ਜਿਹੜੇ ਡਿਫਰੈਂਟ ਆਫ ਡਿਫਰੈਂਟ ਸਾਈਜ਼ ਐਂਡ ਐਕਿਉਰਿਟੀ ਆਰ ਕਮਰਸ਼ੀਅਲੀ ਅਵੇਲੇਬਲ ਹੈਗੇ ਆ ਥੀਜ਼ ਆਰ ਕਾਮਨਲੀ ਯੂਜ਼ ਇਨ ਲੈਬੋਰਟਰੀ ਫੈਕਟਰੀਜ਼ ਹਰ ਜਗ੍ਹਾ ਯੂਜ਼ ਕੀਤੇ ਜਾਂਦੇ ਆ ਜਿੱਥੇ ਪੀਐਚ ਨੂੰ ਸਿਨੋਟ ਕਰਨੀ ਹੁੰਦੀ ਆ ਅਪ ਟੂ 0.01 ਪ੍ਰੀਸੀਜਨ ਜਿਹੜੀ ਉਹ ਸਾਨੂੰ ਦਿੰਦੇ ਆ ਐਨੀ ਪ੍ਰੀਸੀਜਨ ਹੈ ਯਾਦ ਰੱਖ ਲੈਣਾ ਠੀਕ ਹੈ ਨੈਕਸਟ ਇੱਕ ਕੁਐਸਚਨ ਦੇਖ ਲਓ ਇੱਕ ਕੁਐਸਚਨ ਵੀ ਦੇ ਲੈਣੇ ਕੈਲਕੂਲੇਟ ਦਾ ਪੀਐਚ ਆਫ ਅ ਸੈਂਪਲ ਆਫ ਅ ਸੌਫਟ ਡਰਿੰਕ ਹੁਜ਼ ਹਾਈਡਰੋਨੀਅਮ ਆਇਨ ਹ ਏ ਦੀ ਵੈਲਿਊ ਪੁੱਟ ਕਰ ਦੇਣੀ ਹੈ ਐਸਰੀਓ ਪੋਜ਼ਿਟਿਵ ਤੇ ਲੌਗ ਐਮ ਇੰਟੂ ਐਨ ਅਗੇਨ ਲੌਗ ਐਮ ਇੰਟੂ ਐਨ ਠੀਕ ਹੈ ଏਸੀ ਪਾਵਰ ਜਿਹੜੀ ਆ ਮੋਰੇ ਆ ਗਈ ਹੈ -3 ਇਹ ਸਾਨੂੰ ਉਹਨੇ ਪੇਪਰ ਚ ਲੌਗ ਦੀ ਵੈਲਿਊ ਪ੍ਰੋਵਾਈਡ ਕਰ ਦੇਣੀ ਹੈ ਇਹਨਾਂ ਨੂੰ ਐਡ ਕਰਕੇ ਤੁਹਾਡੇ ਕੋਲ ਆਨਸਰ ਆ ਜਾਣਾ ਸੋ ਇਦਾਂ ਅਸੀਂ ਲੌਗ ਦੇ ਜਿਹੜੇ ਆ ਨਮੈਰੀਕਲ ਆ ਉਹ ਵੀ ਸੋਲਵ ਕਰ ਸਕਦੇ ਹਾਂ ਕੋਈ ਜ਼ਿਆਦਾ ਔਖੇ ਨਹੀਂ ਹੁੰਦੇ ਹੈਗੇ ਨਮੈਰੀਕਲ ਜਿੱਦਾਂ ਇਹਦੇ ਵਿੱਚ ਤੁਸੀਂ ਇਹ ਵੀ ਕੁਨਮੈਰੀਕਲ ਦੇਖ ਸਕਦੇ ਆ ਦਾ ਵੈਲਿਊ ਆਫ ਕੇ ਡਬਲ ਦਿੱਤੀ ਹੋਈ ਆ ਦਿੱਤੀ ਹੈ ਤੁਹਾਨੂੰ H3O ਪੋਜ਼ਿਟਿਵ ਵਾਟਰ ਲਈ ਉਹਨੇ ਕਿਹਾ pH ਫਾਈਂਡ ਆਊਟ ਕਰੋ ਸਾਨੂੰ ਪਤਾ ਵਾਟਰ ਲਈ ਦੋਨੇ ਬਰਾਬਰ ਰਹਿਣਗੇ ਦੋਨਾਂ ਦੀ ਕਨਸੈਂਟ੍ਰੇਸ਼ਨ ਬਰਾਬਰ ਹੁੰਦੀ ਆਪਾਂ ਕਰਕੇ ਹੈ K W ਇਹਦੇ ਬਰਾਬਰ ਹੁੰਦਾ ਹੈ ਠੀਕ ਹੈ H3O ਪੋਜ਼ਿਟਿਵ H3O ਪੋਜ਼ਿਟਿਵ ਦੋਨੇ ਬਰਾਬਰ ਹੈਗੇ ਇਸ ਕਰਕੇ ਮੈਂ ਇੱਥੇ H3O ਪੋਜ਼ਿਟਿਵ ਲੈ ਲਿਆ ਸਕੁਅਰ ਕਰਾਂਗੇ ਸਕੁਅਰ ਤਾਂ ਉਧਰ ਜਾ ਕੇ ਸਕੁਅਰ ਰੂਟ ਹੋ ਜਾਏਗਾ ਸੋ ਇਹਦਾ ਕਿ ਲੌਗ ਲੈ ਲਵਾਂਗੇ ਲੌਗ ਆਫ ਮਾਈਨਸ pH ਇਕੁਅਲ ਟੂ ਮਾਈਨਸ ਲੌਗ ਆਫ ਥਿਸ ਹਾਈਡਰੋਨੀਅਮ ਆਇਨ ਕਨਸੈਂਟ੍ਰੇਸ਼ਨ M ਇੰਟੂ N ਪਾਵਰ ਮੋਰੇ ਆ ਜਾਏਗੀ ਇਹ ਵੈਲਿਊ ਤੁਹਾਨੂੰ ਤੁਹਾਡੇ ਕੋਲ ਇਦਾਂ ਵੈਲਿਊਜ਼ ਨਿਕਲਦਾਂ ਨਹੀਂ ਜਸਟ ਤੁਹਾਨੂੰ ਫਾਰਮੂਲੇ ਆਣੇ ਚਾਹੀਦੇ ਕੁਝ ਹੈ ਔਖਾ ਨਹੀਂ ਹੈਗਾ ਹੈ ਇਜ਼ੀ ਐ ਸਾਰੇ ਠੀਕ ਹੈ ਜੇ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਐਂਡ ਕਮੈਂਟ ਕਰ ਦਿਓ ਥੈਂਕਸ ਫॉर ਵਾਚਿੰਗ ਦ ਵੀਡੀਓ